एवरीवन स्वागत है आप सबदासाडे YouTube चैनल ते सो एक बहुत बड़ी खुशखबरी है सरकारी स्कूलों दे स्टूडेंट्स वास्ते पंजाब सरकार वलो एक और बहुत ही ज्यादा बड़ा फैसला किता गया है कि जड़े भी बच्चे सरकारी स्कूल ना च पढ़देने उनानो हुन पोस्ट मैट्रिक स्कॉलरशिप दीती जावेगी यानी कि जेकर बच्चे 10थ क्लास पास ने ता उनानो स्कॉलरशिप दी राशि दीती जावेगी ते एदे वास्ते जड़ी 110 करोड़ रुपए दी राशि ओनु ऑलरेडी मंजूरी मिल चुकी है ते बच्चियां नु हुन एही जड़ी राशि है बहुत ही जल्द मुहैया करवाई जाएगी ते स्कीम दा लाभ जड़े ने अनु सोची ਜਾਤੀਆਂ ਦੇ ਬੱਚਿਆਂ ਨੂੰ ਮਿਲੇਗਾ ਤੇ ਨਾਲ ਹੀ ਨਾਲ ਜਿਹੜੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਇਹਦਾ ਲਾਭ ਮਿਲੇਗਾ ਇਹਦੇ ਬਾਰੇ ਟਵੀਟ ਕਰਦੇ ਹੋਏ ਕੈਬਨਿਟ ਮਨਿਸਟਰਸ ਵੱਲੋਂ ਕੀ ਕਿਹਾ ਗਿਆ ਹੈ ਉਹ ਵੀ ਦੇਖ ਲੈਂਦੇ ਆ ਇਸ ਦੇ ਉੱਤੇ ਟਵੀਟ ਕਰਦੇ ਹੋਏ ਡਾਕਟਰ ਬਲਜੀਤ ਕੌਰ ਜੀ ਨੇ ਕਿਹਾ ਹੈ ਕਿ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਪੋਸਟ میٹرਿਕ ਸਕਾਲਰਸ਼ਿਪ ਸਕੀਮ ਅਧੀਨ ਸਾਲ 2022-23 ਵਾਸਤੇ 110 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਤੇ ਡਾਕਟਰ ਅੰਬੇਦਕਰ ਸਕਾਲਰਸ਼ਿਪ ਪੋਰਟਲ ਉੱਪਰ 6 ਨਵੰਬਰ 2022 ਤੱਕ 1 ਲੱਖ 2012 ਵਿਦਿਆਰਥੀਆਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਇਸ ਅਨੁਸਾਰ 110 ਕਰੋੜ ਰੁਪਏ ਦੀ ਰਾਸ਼ੀ ਚਾਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਸੋ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਵਾਸਤੇ ਰਾਸ਼ੀ ਵਿਚਾਰੀ ਕਰ ਦਿੱਤੀ ਜਾ ਚੁੱਕੀ ਹੈ ਸੋ ਬਹੁਤ ਹੀ ਜਲਦ ਬੱਚੇ ਦੇ ਖਾਤੇਆਂ ਦੇ ਵਿੱਚ ਇਹ ਜਿਹੜੀ ਰਾਸ਼ੀ ਹੈ ਇਹ ਪਹੁੰਚ ਜਾਏਗੀ ਇਹਦਾ ਲਾਭ ਜਿਹੜਾ ਹੈ ਅਨੁਸੂਚਿਤ ਜਾਤੀਆਂ ਦੇ ਬੱਚਿਆਂ ਨੂੰ ਮਿਲੇਗਾ ਸੋ ਚੇਕ ਕਰ ਪੰਜਾਬ ਦੇ ਵਿੱਚ ਜਿਹੜੇ ਵੀ ਵੈਕੈਂਸੀ ਆਉਟ ਹੁੰਦੀਆਂ ਚਾਹੇ ਉਹ ਗਵਰਨਮੈਂਟ ਸੈਕਟਰ ਦੇ ਵਿੱਚ ਹੋਵੇ ਜਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਵੀ ਨਵੀਂ ਅਪਡੇਟ ਆਂਦੀ ਹੈ ਨਿਊਜ਼ ਆਂਦੀ ਹੈ ਜੋ ਕਿ ਖਾਸ ਹੁੰਦੀ ਹੈ ਅ ਜੀਹਾਂ ਇਨਫੋਰਮੇਸ਼ਨਸ ਵਾਸਤੇ ਅਪਡੇਟਸ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਹਰ ਇੱਕ ਇਨਫੋਰਮੇਸ਼ਨ ਤੁਹਾਨੂੰ ਸਹੀ ਟਾਈਮ ਤੇ ਮਿਲ ਸਕੇ ਜੇਕਰ ਵੀਡੀਓ ਪਸੰਦ ਆਈ ਹੋਏ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ